ਸੀ ਕਿਹਾ ਮੈਨੂੰ ਕਿਸੇ ਮਿਨਿਸਟਰ ਨੇ ਕਿਸੇ ਵਜ਼ੀਰ ਨੇ ਕਿਹਾ ਉਹ ਕਹਿਣਗੇ ਨਾ ਹੁਣ ਕਿਆ ਕਰੋ ਰਾਜ ਕਰੇਗਾ ਖਾਲਸਾ ਆਕੀ ਰਹਿ ਨਾ ਕੋਏ ਇਹ ਗੱਲ ਮੈਨੂੰ ਕਹੀ ਕਿਸੇ ਸਿੱਖ ਵਜ਼ੀਰ ਨੇ ਆ ਥੋੜੇ ਸਮੇਂ ਦੀ ਗੱਲ ਹੈ ਮੈਂ ਇਸ ਨੂੰ ਕਿਹਾ ਇਹ ਗੱਲ ਜ਼ਰੂਰ ਹੋਵੇਗੀ ਔਰ ਇਸੇ ਤਰ੍ਹਾਂ ਹੀ ਹੋਵੇ ਉਹਨੂੰ ਕੀ ਬਖਸ਼ਿਸ਼ ਹੋਵੇਗੀ ਕਹਿੰਦੇ ਫਿਰ ਉਹ ਖਾਲਸਾ ਕਿੱਥੇ ਮੈਂ ਕਿਹਾ ਕਲਗੀਧਰ ਜੀ ਨੂੰ ਜੇ ਪਾਇਆ ਤਾਂ ਛਿਣ ਕਾਲ ਵਿਚ ਹੀ ਬਖਸ਼ਿਸ਼ ਕਰੇਗਾ ਸਾਡੇ ਵੀਰ ਜਿਹੜੇ ਭੁਲੇਖੇ ਚ ਪੈ ਕੇ ਦਾੜੇ ਕੇਸ ਮੁੰਨ ਰਹਿ ਰਹੇ ਅੱਜ ਹੀ ਇਹਨਾਂ ਨੂੰ ਸਹੀ ਪ੍ਰਚਾਰ ਥਾਈ ਥਾਈ ਮਿਲ ਜਾਵੇ ਤੇ ਦਾੜੇ ਰੱਖ ਲੈਣ ਕੇਸ ਰੱਖ ਲੈਣ ਅੰਮ੍ਰਿਤ ਛਕ ਲੈਣ ਤਾਂ ਖਾਲਸੇ ਖਾਲਸੇ ਨੇ ਫਰਕ ਤਾਂ ਇੰਨਾ ਹੀ ਹੈ ਨਾ ਤੁਹਾਡੇ ਚਿੱਤ ਵਿਚ ਇਹੀ ਖਿਆਲ ਆ ਨਾ ਕਿ ਇਹਨਾਂ ਨੌਜਵਾਨ ਗੱਭਰੂਆਂ ਨੇ ਇਹਨਾਂ ਦੀ ਆਖਿਆ ਦਾੜੇ ਨੀ ਰੱਖਣੇ ਇਹਨਾਂ ਨੇ ਸ਼ੇਰਾਂ ਦੇ ਪੁੱਤਰ ਨੀ ਬਣਨਾ ਇਹ ਸ਼ਾਇਦ ਕਿੱਧਰ ਬੁਘਿਆੜ ਹੀ ਬਣੇਗੀ ਕਹਿੰਦੀ ਇਹ ਸ਼ੇਰਾਂ ਦੀ ਕੌਮ ਹੈ ਗੱਜਣ ਦੀ ਲੋੜ ਹੈ ਜਦੋਂ ਗੱਜ ਵੱਜ ਕੇ ਇਹਨਾਂ ਨੂੰ ਵਿਖਾਇਆ ਕਿ ਆਪਾਂ ਸ਼ੇਰ ਹਾਂ ਜ਼ਰੂਰ ਜਾਗਣਗੇ ਔਰ ਆਪਣੇ ਦਾੜੇ ਕੇਸ ਸਾਫ਼ ਰੱਖਣਗੇ ਇਹ ਪੈੜੀਆਂ ਸ਼ਰਾਬਾਂ ਸੋ ਬਹੁਤ ਕੁਰੀਤੀਆਂ ਸਾਰੀਆਂ ਦਾ ਤਿਆਗ ਕਰਨਗੇ ਨਹੀਂ ਪਹਾੜਾਂ ਚ ਜਾ ਕੇ ਵਣਪਾਲ ਸੁਰ ਮੱਥੇ ਮਾਰਨਗੇ ਨਹੀਂ ਕਿਸੇ ਹੋਰ ਬੇਤਾਰੀ ਪਖੰਡੀ ਦੇ ਕੰਨਾਂ ਵਿਚ ਇਹ ਮੰਤਰ ਲੈਣਗੇ ਇਹ ਗੁਰੂ ਕੇ ਪਿਆਰੇ ਖੰਡੇ ਦਾ ਪੰਜਾਂ ਪਿਆਰਿਆਂ ਤੋਂ ਛਕਣਗੇ ਬਾਣੀ ਦੇ ਨਿਤਨੇ ਵੀ ਪੜਨਗੇ ਇੱਕ ਗੁਰੂ ਗ੍ਰੰਥ ਸਾਹਿਬ ਤੇ ਨੇਚਾ ਹੋਵੇਗਾ ਅੰਮ੍ਰਿਤ ਵੇਲੇ ਇਸ਼ਨਾਨ ਬਾਣੀਆਂ ਦੇ ਨਿਤਨੇਮ ਧਰਮ ਦੀ ਕਿਰਤ ਔਰ ਸੂਰਬੀਰ ਯੋਧਿਆਂ ਵਾਲੀ ਪਵਿੱਤਰ ਜ਼ਿੰਦਗੀ ਇਹ ਧਰਮ ਦੀ ਕਿਰਤ ਚ ਦਸਵੰਧ ਕਰਦਾ ਦੇਣਾ ਇਹ ਉੱਚਾ ਜੀਵਨ ਆਪਣਾ ਬਣਾਉਣਗੇ ਸੋ ਗੁਰੂ ਪਿਆਰਿਓ ਬਾਕੀ ਸਭ ਇਲਾਕੇ ਜਾਗ ਰਹੇ ਬੜੀ ਚੜ੍ਹਦੀ ਕਲਾ ਹੋ ਰਹੀ ਹੈ ਇੱਥੇ ਵੀ ਧੱਕੇ ਨਾਲੋਂ ਕਿਉਂਕਿ ਬੇਨਤੀ ਕੀਤੀ ਬਹੁਤ ਵੱਡੀ ਜਾਗਰ ਪਾਈ ਬਹੁਤ ਵੱਡੀ ਭਾਰੀ ਤਰੱਕੀ ਹੈ ਔਰ ਹੋਰ ਸਾਡੇ ਬਾਕੀ ਜ਼ਿਆਦਾ ਕਸਰ ਹੈ ਉਹ ਵੀ ਆਪਾਂ ਦੂਰ ਕਰੀਏ ਆਪਾਂ ਵੀ ਇਹ ਸੰਤਾਂ ਦਾ ਰਸਤਾ ਅਪਣਾ ਲਈਏ ਬਾਬਾ ਵੀ ਨਹੀਂ ਚੱਲ ਪਾ